ਅਸਲਾਮ ਵਾਲੇਕੁਮ ਵਰਹਮਤੁਲਾ ਵਬਰਕਾਤੁ। ਮੈਂ ਹਕੀਮ ਮੁਹੰਮਦ ਇਜਾਜ਼ ਅਲੀ ਔਰ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ। ਜੁਮਤੁਲ ਮੁਬਾਰਕ 23 ਅਗਸਤ 2024 ਸੁਬਹਾ ਤਕਰੀਬਨ 9 ਵਜੇ ਦਾ ਟਾਈਮ ਹੈ। ਆ ਤੁਸੀਂ ਦੇਖ ਰਹੇ ਹੋ ਸ਼ਾਹਦਰਾ ਦੀ ਨਾਰਕਲੀ ਦਾ ਮੇਨ ਯੂਟਿਊਬ ਰੋਡ, ਸ਼ਾਹਦਰਾ ਨਾਰਕਲੀ ਮਤਲਬ ਸ਼ਾਹਦਰਾ ਵੰਡਾਲਾ ਰੋਡ, ਇਹ ਸ਼ਾਹਦਰਾ ਦੇ ਨਾਰਕਲੀ ਔਰ ਜੀ ਟੀ ਰੋਡ ਜਿਹੜਾ ਬਿਲਕੁਲ ਦੇ ਨਾਲ ਸਰਵਿਸ ਰੋਡ ਹੈ। ਸਰਵਿਸ ਰੋਡ ਦੀ ਤੁਸੀਂ ਹਾਲਤ ਵੇਖਦੇ ਪਏ ਹੋ, ਜਦੋਂ ਬਾਰਿਸ਼ ਆਉਂਦੀ ਹੈ ਤਾਂ ਇੱਥੇ ਤਾਂ ਲੰਘਣਾ ਟੱਪਣਾ ਹੀ ਮੁਹਾਲ ਹੋ ਜਾਂਦਾ, ਇਹਨਾਂ ਦੀ ਕੋਈ ਸ਼ੱਕ ਨਹੀਂ। ਆਹ ਵਡਾਲਾ ਬਾਜ਼ਾਰ ਦਾ ਮੇਨ ਰਸਤਾ, ਇਹਦੇ ਐਂਟਰੀ ਹੁੰਦੀ ਹੈ ਔਰ ਮਾਸ਼ਾਅੱਲਾ ਬਾਜ਼ਾਰ ਕਾਫੀ ਵੱਡਾ ਹੈ ਔਰ ਆਲੇ ਦੁਆਲੇ ਦੇ ਇਲਾਕੇ ਦੇ ਲੋਕ ਇੱਥੇ ਆ ਕੇ ਆਪਣੀ ਸ਼ਾਪਿੰਗ ਵਗੈਰਾ, ਈਦ ਦਿਨਾਂ ਦੀ ਵੀ ਸ਼ਾਪਿੰਗ ਔਰ ਉਸ ਤੋਂ ਇਲਾਵਾ ਕੋਈ ਫੈਸਟੀਵਲ ਆ ਜਾਵੇ ਤਾਂ ਉਹਦੀ ਵੀ ਸ਼ਾਪਿੰਗ ਇੱਥੇ ਅਤਰਾਫ ਦਾ ਜਿਹੜਾ ਇਲਾਕਾ ਉਹ ਆਉਂਦਾ ਜਾਂਦਾ ਹੈ। ਮਤਲਬ ਕਿ ਰਾਣਾ ਟਾਊਨ, ਮਰੀਦ ਕੇ, ਮਾਮਿਆ ਕਲੋਨੀ, ਹਾਜੀ ਕੋਟ, ਕਾਲਖਤਾਈ ਰੋਡ, ਇਹ ਸਾਰੇ ਬਾਜ਼ਾਰ ਆਪਣਾ ਪਿੰਡ ਜਿਹੜੇ ਨਾ ਇੱਥੇ ਆਉਂਦੇ ਨੇ। ਮਤਲਬ ਕਿ ਸ਼ਾਹਦਰਾ ਦੀ ਨਾਰਕਲੀ ਕਹਿ ਸਕਦੇ ਇਹਨੂੰ, ਮਿੰਨੀ ਨਾਰਕਲੀ, ਮਿੰਨੀ ਬਾਜ਼ਾਰ ਹੈ ਤੋਂ ਜੀ ਵੱਡਾ ਬਾਜ਼ਾਰ ਹੀ ਹੈ, ਲੇਕਿਨ ਅਨਾਰਕਲੀ ਦਾ ਕੁਛ ਛੋਟਾ ਹੋਵੇ। ਰੋਡ ਦੀ ਹਾਲਤ ਵੇਖ ਲਓ ਜਨਾਬ, ਬਾਰਿਸ਼ ਤੋਂ ਬਾਅਦ ਇੱਥੇ ਜਿਹੜੀ ਸੂਰਤ ਹਾਲ ਬਣਦੀ ਹੈ ਅੱਲਾ ਜਾਣਦਾ, ਜੇ ਇੱਥੇ ਰਹਿਣ ਵਾਲੀ ਆਵਾਮ ਜਾਣਦੀ ਹੈ। ਅਤੇ ਇਹਨੂੰ ਮੁਰੰਮਤ ਕਰਨ ਵਾਲੇ ਜਿਹੜੇ ਹਜ਼ਰਤ ਸਾਹਿਬ ਨੇ, ਜਿਹੜੇ ਭਾਈਜਾਨ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਜਨਾਬਿਆਂ ਲਈ ਇਸ ਦੇ ਬਾਰੇ ਵੀ ਥੋੜ੍ਹਾ ਜਿਹਾ ਗੌਰ ਫਿਕਰ ਕਰ ਲਵੋ, ਤੁਹਾਡੀ ਮਿਹਰਬਾਨੀ ਹੈ। ਇਹਦੇ ਨਾਲ ਜਨਾਬਿਆਂ ਲਈ ਅਸੀਂ ਆ ਗਏ ਮਾਮੇ ਕਲੋਨੀ ਮੇਨ ਬਾਜ਼ਾਰ, ਜਾਂ ਉਹਦੇ ਬਿਲਕੁਲ ਸਾਹਮਣੇ ਯੂ ਟਰਨ ਉਹਦੇ, ਕਿਉਂਕਿ ਅੱਜ ਦੋ ਜਗ੍ਹਾ ਤੋਂ ਬੁਲਾ, ਦੋ ਦੀ ਤਿੰਨ ਜਗ੍ਹਾ ਦਾ ਬਲੌਗ ਗਿਆ ਹੋਵੇ। ਅਤੇ ਇੱਥੇ ਵੀ ਛੋਟੀ ਜਿਹੀ ਗੁਜ਼ਾਰਿਸ਼ ਵੀ ਕਰਦਾ ਚੱਲਾਂ, ਜਿਹੜੇ ਦੋਸਤ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਅਤੇ ਵੀਡੀਓ ਨੂੰ ਵਾਚ ਕਰਕੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਇਜ਼ਹਾਰੇ ਖਿਆਲ ਜ਼ਰੂਰ ਕਰਿਆ ਜੇ। ਅਤੇ ਇਹਦੇ ਨਾਲ ਨਾਲ ਮਾਮੇ ਕਲੋਨੀ ਫਲਾਈਓਵਰ 'ਤੇ ਜਿਹੜਾ ਜਨਾਬੀ ਵਾਲੀ ਹੈ ਦੂਜੀ ਸਾਈਡ ਆਉਂਦੀ ਹੈ, ਉੱਥੇ ਗੰਦ ਵੀ ਹੋਣਾ, ਕੂੜਾ ਕਿਟਕਟ, ਉਹਦੀ ਸਫਾਈ ਸੁਥਰਾਈ ਦਾ ਵੀ ਮਾਮਲਾ, ਅੱਲਾ ਪਤਾ ਨਹੀਂ ਕੀ ਕਰ, ਜਿਹੜਾ ਮਿਊਂਸਪਲ ਕਮੇਟੀ ਵਾਲੇ ਨੇ ਜਾਂ ਕਾਰਪੋਰੇਸ਼ਨ ਵਾਲੇ ਨੇ ਉਹ ਕਿਉਂ ਨਹੀਂ ਕੰਮ ਕਰਦੇ, ਉਹਨਾਂ ਨੂੰ ਮਨਾ ਕੀਤਾ ਗਿਆ ਜਾਂ ਇੱਥੇ ਕੰਮ ਨਹੀਂ ਕਰਨਾ। ਮਤਲਬ ਕਿਤੇ ਲੋਕ ਸਿਹਤਮੰਦ ਨਾ ਹੋ ਜਾਣ, ਬਿਮਾਰ ਰਹਣ ਜ਼ਹਿਨੀ ਤੌਰ 'ਤੇ, ਜਿਸਮਾਨੀ ਤੌਰ 'ਤੇ, ਅਤੇ ਇਸ ਤਰ੍ਹਾਂ ਇਹ ਦੇਖ ਦੋ ਜਗ੍ਹਾ ਤੋਂ ਦਿਖਾ ਰਿਹਾ ਜਨਾਬ, ਇਹ ਨਹੀਂ ਪੂਰੇ ਪਾਕਿਸਤਾਨ ਦੀ ਹੀ ਹਾਲ ਹੈ ਵੱਡੇ ਵੱਡੇ ਸ਼ਹਿਰਾਂ 'ਚ। ਹਾਂ ਜਿਹੜਾ ਕਿ ਗੁਲਬਰਗ ਹੋ ਜਾਂ ਮਾਡਲ ਟਾਊਨ ਹੋ ਗਿਆ, ਉਧਰ ਜ਼ਰਾ ਸਫਾਈ ਸੁਥਰਾਈ ਹੈ ਵੀ, ਉਧਰ ਕੋਈ ਪੁੱਛਣ ਕਿਸੇ ਨਾਲ ਹੈ ਵੀ, ਜਾਂ ਉਧਰ ਦੇ ਜਿਹੜੇ ਕਾਰਪੋਰੇਸ਼ਨ ਵਾਲੇ ਨੇ ਉਹ ਲੋਕ ਜਿਹੜੇ ਥੋੜ੍ਹੇ ਜਿਹੇ ਸਮਝਦੇ ਨੇ ਇਹਨਾਂ ਚੀਜ਼ਾਂ ਨੂੰ, ਇਸ ਇਲਾਕੇ ਦੇ ਜਿਹੜੇ ਹੈਗੇ ਨੇ ਇਹ ਨਹੀਂ ਸਮਝਦੇ, ਇਹ ਨਸ਼ੇ ਹੀ ਬੈਠੇ ਨੇ। ਅਤੇ ਇਹਨਾਂ ਨੂੰ ਜਿਹੜਾ ਵੀ 4 ਵਜੇ ਦੇ ਕਰੀਬ ਪਤਾ ਚੱਲਿਆ ਵੇ, 4 ਵਜੇ ਦੇ ਕਰੀਬ ਇੱਥੇ ਇੱਕ ਬੰਦਾ ਆਉਂਦਾ ਅਤੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਨਸ਼ਾ ਪਾਣੀ ਜਿਹੜਾ ਸਪਲਾਈ ਕਰਕੇ ਜਾਂਦਾ ਵੇ, ਅਤੇ ਉਹਨੂੰ ਵੀ ਅੱਲਾ ਹਦਾਇਤ ਦੇਵੇ ਅਤੇ ਇਹਨਾਂ ਨੂੰ ਵੀ ਅੱਲਾ ਹਦਾਇਤ ਦੇਵੇ, ਦੁਆ ਹੀ ਹੈ। ਬਾਕੀ ਇਹ ਮਾਮੇ ਕਲੋਨੀ ਫਟਕ ਦੇ ਅਗਲੀ ਸਾਈਡ 'ਤੇ ਇਹ ਜਿਹੜਾ ਟੋਟਾ ਵੇਖਦੇ ਪਏ ਜਿੱਥੇ ਬੰਦਾ ਬਹਿ ਗਿਆ, ਇਹਨੂੰ ਪਤਾ ਨਹੀਂ ਕੋਈ ਨਜ਼ਰ ਲੱਗ ਗਈ, ਇਹ ਸਹੀ ਨਹੀਂ ਕਰਦੇ ਪਏ, ਇਹਨੂੰ ਸਹੀ ਹੋਣ 'ਚ ਟਾਈਮ ਬੜਾ ਲੱਗ ਰਿਹਾ, ਕੀ ਵਜ੍ਹਾ ਅੱਲੇ ਜਾਣਦਾ ਵੇ। ਉਹਦੇ ਨਾਲ ਨਾਲ ਇਹ ਮਾਮੇ ਕਲੋਨੀ ਫਲਾਈਓਵਰ ਦਾ ਸਾਈਡਾਂ 'ਤੇ ਜਿਹੜਾ ਮੇਰੇ ਮਕਾਨ, ਦੁਕਾਨਾਂ, ਡੈਂਟਰ ਸ਼ੈਂਟਰ, ਕਾਫੀ ਇਮਾਰਤੀ ਕੰਮ ਸ਼ੁਰੂ ਹੋ ਚੁੱਕਿਆ ਹੈ। ਔਰ ਇਹਦੇ ਨਾਲ ਨਾਲ ਇਹ ਜਿਹੜੀ ਜਗ੍ਹਾ ਮਾਮੇ ਕਲੋਨੀ ਫਲਾਈਓਵਰ ਦੇ ਅਗਲੀ ਸਾਈਡ 'ਤੇ ਥੋੜ੍ਹਾ ਜਿਹਾ ਅੱਗੇ ਆਈ ਹੈ ਨਾ, ਅਤੇ ਜਿਹਨਾਂ ਵੀ ਏਰੀਆ ਜਗ੍ਹਾ ਖਾਲੀ, ਇੱਥੇ ਵੀ ਇਨਸ਼ਾਅੱਲਾ ਕੋਈ ਨਾ ਕੋਈ ਪਲਾਟ ਵਗੈਰਾ ਬਣ ਜਾਏਗਾ। ਔਰ ਇਹ ਵੇਖਦੇ ਪਏ ਜਨਾਬੀ ਵਾਲੀ, ਇਹ ਸਾਡਾ ਇਲਾਕਾ ਹੈ ਜਨਾਬੀ ਵਾਲੀ, ਇੱਥੋਂ ਉਹ ਸਾਹਮਣੇ ਮਸਜਿਦ ਅਤੇ ਆਵਾਮ ਵਿੱਚ ਲੰਘ ਕੇ ਜਾਂਦੀ ਹੈ, ਕੱਪੜੇ ਖਰਾਬ ਹੋ ਜਾਂਦੇ ਨੇ ਯਾਰ। ਔਰ ਇਹ ਮਸਲਾ ਬੜੀ ਦੇਰ ਤੱਕ, ਅੱਜ ਦਾ ਨਹੀਂ, ਮੇਰਾ ਖਿਆਲ ਕਿ ਪਿਛਲੇ 6 ਮਾਹ ਤੋਂ ਇਹ
ਇਹ ਟੋਟਾ ਅਤੇ ਅੱਗੂ ਮਸਜਿਦ ਕੋਲ ਜਿਹਾ ਟੋਟਾ ਇਹ ਇਸ ਤਰ੍ਹਾਂ ਹੀ ਰਹਿੰਦਾ ਹੈ। ਇੱਥੋਂ ਪਾਣੀ ਖੁਸ਼ਕ ਨਹੀਂ, ਹਾਲਾਂਕਿ ਸੁਬਹਾ ਸੁਬਹਾ ਦਾ ਟਾਈਮ ਹੈ ਔਰ ਪਾਣੀ ਇਹ ਕਮ ਹੈ, ਜਿਵੇਂ ਜਿਵੇਂ ਸ਼ਾਮ ਹੋਣੀ ਹੈ ਪਾਣੀ ਉਵੇਂ ਵੀ ਜ਼ਿਆਦਾ ਹੁੰਦਾ ਜਾਣਾ, ਕਿਉਂਕਿ ਹੁਣ ਇਸਤੇਮਾਲ ਹੋਣਾ ਸ਼ੁਰੂ ਹੋ ਜਾਣਾ ਹੈ, ਫਿਰ ਪਾਣੀ ਦਾ ਇਸਤੇਮਾਲ ਜਦੋਂ ਹੁੰਦਾ ਤਾਂ ਪਾਣੀ ਕਾਫੀ ਦੂਰ ਤੱਕ ਆ ਜਾਂਦਾ ਵੇ। ਅਤੇ ਇਹ ਥੋੜ੍ਹਾ ਜਿਹਾ ਅੱਗੇ ਆਈਏ ਤਾਂ ਇਹ ਜਨਾਬੀ ਵਾਲਾ ਵੀ ਇਹ ਮਦਰੱਸਾ ਜੀ ਇੱਥੇ, ਅਤੇ ਮਦਰੱਸੇ ਦੇ ਬਿਲਕੁਲ ਸਾਹਮਣੇ ਇੱਥੇ ਬੱਚੀਆਂ ਸਕੂਲ ਆਪਣਾ ਹਿਫਜ਼ ਨਜ਼ਰਾਂ ਪੜ੍ਹਨ ਆਉਂਦੀਆਂ ਨੇ, ਉਹਨਾਂ ਦੇ ਵੀ ਕੱਪੜੇ ਖਰਾਬ ਹੋ ਜਾਂਦੇ ਨੇ। ਇਹਦੇ ਨਾਲ ਅੱਗੇ ਮਸਜਿਦ ਆ ਜਾਂਦੀ ਥੋੜ੍ਹਾ ਜਿਹਾ ਅੱਗੇ ਜਾ ਕੇ, ਅਤੇ ਉਹ ਵੀ ਜਨਾਬੀ ਵਾਲੀ ਬੁਰੇ ਹਾਲ ਦੇ ਬਾਂਕੇ ਦਿਹਾੜੇ। ਇੱਥੇ ਜੀ ਆਪਣੇ ਦੋਸਤਾਂ ਕੋਲੋਂ ਇਜਾਜ਼ਤ ਵੀ ਚਾਹਵਾਂਗੇ ਅਗਲੀ ਵੀਡੀਓ ਤੱਕ। ਅੱਜ ਦੀ ਵੀਡੀਓ ਐਵੇਂ ਦੀ ਸੀ, ਫੜੀ ਦੜੀ ਹੋਈ, ਅਤੇ ਬਾਕੀ ਅੱਗੋਂ ਅੱਲਾ ਖੈਰ ਕਰੇ। ਅਗਲੀ ਵੀਡੀਓ ਤੱਕ ਇਜਾਜ਼ਤ ਚਾਹਵਾਂਗੇ, ਅੱਲਾ ਹਾਫਿਜ਼। ਤਾਜਦਾਰ ਖਤਮੇ ਨਬੂਆ ਜ਼ਿੰਦਾਬਾਦ ਜ਼ਿੰਦਾਬਾਦ ਲਬੈਕ 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 ਯਾ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਮਨ ਸੱਬਾ ਨਬੀਅਨ ਫਕਤੁਲਹੁ ਮਨ ਸੱਬਾ ਨਬੀਅਨ ਫਕਤੁਲਹੁ। ਕੋਈ ਗੁਲ ਬਾਕੀ ਰਹੇਗਾ ਨਾ ਚਮਨ ਰਹਿ ਜਾਏਗਾ, ਪਰ ਰਸੂਲ ਅੱਲਾਹ ਕਾ ਦੀਨ ਹਸਨ ਰਹਿ